ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਕਹਿਣ ਨੂੰ ਇਹ ਤਸਵੀਰਾਂ ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਨ, ਪਰ ਪਹਿਲੀ ਨਜ਼ਰੇ ਇਹ ਕਿਸੇ ਅਣਵਿਕਸਿਤ ਪਿੰਡ ਦਾ ਭੁਲੇਖਾ ਪਾਉਂਦੀਆਂ ਹਨ। ਇਸ ਇਤਿਹਾਸਕ ਸ਼ਹਿਰ ਦਾ ਬੀਤੇ ਸਮੇਂ ਦੌਰਾਨ ਵਿਕਾਸ ਕਿਸ ਤਰ੍ਹਾਂ ਦਾ ਹੋਇਆ ਹੈ, ਇਸ ਦੀ ਮੂੰਹ ਬੋਲਦੀ ਤਸਵੀਰ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਦੀਆਂ ਇਹ ਗਲੀਆਂ, ਜਿੱਥੋਂ ਦੇ ਵਸਨੀਕ ਅੱਜ ਵੀ ਸੀਵਰੇਜ ਨਾ ਹੋਣ ਕਾਰਨ ਘਰਾਂ ਦਾ ਰੋਜ਼ਾਨਾ ਜ਼ਰੂਰਤਾਂ ਵਾਲਾ ਗੰਦਾ ਪਾਣੀ ਖਾਲੀ ਪਲਾਟਾਂ ਜਾਂ ਗਲੀ ਵਿੱਚ ਹੀ ਨਿਕਾਸ ਕਰਨ ਲਈ ਮਜਬੂਰ ਹਨ। ਮੁਹੱਲਾ ਵਾਸੀ ਦੱਸਦੇ ਹਨ ਕਿ ਬੀਤੇ ਕਰੀਬ 8 ਸਾਲਾਂ ਤੋਂ ਹੀ ਅਜਿਹਾ ਹਾਲ ਹੈ ਤੇ ਉਹਨਾਂ ਦੇ ਮੁਹੱਲੇ ਦਾ ਸੀਵਰੇਜ ਸਿਸਟਮ ਹੀ ਨਹੀਂ ਪਾਇਆ ਗਿਆ। ਮੌਜੂਦਾ ਸਰਕਾਰ ਦੌਰਾਨ ਵੀ ਉਹਨਾਂ ਨੇ ਕਈ ਵਾਰ ਆਗੂਆਂ ਨੂੰ ਅਪੀਲ ਕੀਤੀ, ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮੁਹੱਲੇ ਦੇ ਵਿੱਚ ਖਾਲੀ ਪਏ ਪਲਾਟਾਂ ਵਿੱਚ ਫਿਰਦਾ ਗੰਦਾ ਪਾਣੀ ਜਿੱਥੇ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਉੱਥੇ ਹੀ ਗਲੀ ਵਿੱਚ ਫਿਰਦੇ ਇਸ ਗੰਦੇ ਪਾਣੀ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤਗੜ ਦੀ ਰਿਪੋਰਟ। ਕੀ ਨਾਮ ਹੈ, ਕੀ ਸਮੱਸਿਆ ਕੀ ਹੈ? ਵੀਰੇ ਮੇਰਾ ਨਾਮ ਕਾਲਾ ਸਿੰਘ ਹੈ, ਮੈਂ ਬੁੜਾ ਗੁੱਜਰ ਰੋਡ ਵਾਰਡ ਨੰਬਰ 1 ਨੇੜੇ ਭਾਰਤ ਗੈਸ ਏਜੰਸੀ ਦੇ ਵਿੱਚ ਰਹਿਣ ਵਾਲਾ ਹਾਂ ਜੀ। ਕੀ ਸਮੱਸਿਆ ਕੀ ਹੈ ਵੀਰੇ? ਸਮੱਸਿਆ ਸਾਡੇ ਇੱਥੇ ਸੀਵਰੇਜ ਦੀ ਬਹੁਤ ਹੀ ਬੁਰੀ ਹਾਲਤ ਹੈਗੀ ਆ ਜੀ। ਘੱਟੋ ਘੱਟ ਸਾਨੂੰ ਇੱਥੇ 12 ਸਾਲ ਹੋ ਗਏ ਇਸ ਮੁਹੱਲੇ ਦੇ ਵਿੱਚ ਰਹਿੰਦਿਆਂ ਨੂੰ। ਪਹਿਲਾਂ ਕਰਨ ਕੌਰ ਬਰਾੜ ਦੀ ਅਤੇ ਫਿਰ ਬਾਅਦ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀਗੀ ਜੀ। ਨਾ ਹੀ ਕਿਸੇ ਅਕਾਲੀ ਦਲ, ਨਾ ਹੀ ਕਾਂਗਰਸ ਦਾ ਕੋਈ ਵੀ ਵਿਧਾਇਕ ਸਾਡੀ ਇੱਥੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਕੇ ਨਹੀਂ ਗਿਆ। ਹੁਣ ਸਾਡੇ ਕਾਕਾ ਜੀ ਬਰਾੜ ਜੀ ਪਿਛਲੀ ਵਾਰੀ ਵੋਟਾਂ ਜਿੱਤ ਕੇ ਸਾਡੇ ਮੁਹੱਲੇ ਤੋਂ ਵੋਟਾਂ ਲੈ ਕੇ ਵਾਅਦਾ ਕਰਕੇ ਗਏ ਸੀ ਕਿ ਮੈਂ ਸਭ ਤੋਂ ਪਹਿਲਾਂ ਪਹਿਲੇ ਆਧਾਰ 'ਤੇ ਤੁਹਾਡੇ ਬੁੜਾ ਗੁੱਜਰ ਰੋਡ ਦਾ ਕੰਮ ਗਲੀ ਦਾ ਕਰੂੰਗਾ। ਪਰ ਇਹਦੇ ਕਾਕਾ ਬਰਾੜ ਜੀ ਇੱਕ ਵਾਰੀ ਵੀ ਇੱਥੇ ਦਰਸ਼ਨ ਦੇਣ ਨਹੀਂ ਆਏ। ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਸਾਡੇ ਮੁਹੱਲੇ ਦੇ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇ, ਪਵਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪੁਸ਼ਪਿੰਦਰ ਹੈ ਜੀ। ਮੈਂ ਐਜ ਐਸ ਡੀ ਓ ਵਾਟਰਸਪੇ ਡਿਪਾਰਟਮੈਂਟ 'ਚ ਪੋਸਟਿੰਗ ਰਹੀ ਮੁਕਤਸਰ ਸਾਹਿਬ 'ਤੇ। ਹਾਂਜੀ, ਉੱਥੇ ਜੀ ਨਵੀਂ ਪਾਈਪਲਾਈਨ ਪੈਣੀ ਹੈ, ਮੇਨ ਇਸ਼ੂ ਤਾਂ ਹੀ ਹੈ ਇੱਥੇ ਸੀਵਰ ਦਾ। ਉਹਦੇ ਵਾਸਤੇ ਅਸੀਂ ਐਸਟੀਮੇਟ ਕਮੇਟੀ ਨੂੰ ਭੇਜਿਆ ਹੋਇਆ ਸੀਗਾ, ਜਿਹੜਾ ਉਹ ਇਸ ਵਾਰ ਮਤੇ ਪਿਆ ਨਹੀਂ। ਅਤੇ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਸਰਕਾਰ ਨੇ ਜਿਹੜਾ ਪਾਉਣਾ ਸੀਗਾ, ਉਹ ਸਾਡਾ ਹੈਗਾ ਅੰਮ੍ਰਿਤ ਫੇਸ 2 ਪ੍ਰੋਜੈਕਟ ਜਿਹੜਾ ਆ ਰਿਹਾ, ਸੈਂਟਰ ਗੌਰਮੈਂਟ ਅਤੇ ਸਟੇਟ ਗੌਰਮੈਂਟ ਕੰਬਾਈਨ ਪ੍ਰੋਜੈਕਟ ਇੱਕ, ਉਹਦੇ ਵਿੱਚ ਅਸੀਂ ਇਹਨੂੰ ਕੰਸਿਡਰ ਕੀਤਾ ਹੈ। ਅਤੇ ਮਤਲਬ ਕਿ ਜੇ ਆਪਾਂ ਕਹੀਏ ਵੀ ਜਿਹੜਾ ਪੈਣਾ ਉਹ ਅੰਮ੍ਰਿਤ 'ਚ ਹੈਗਾ, ਅੰਮ੍ਰਿਤ 'ਚ ਫੰਡਿੰਗ ਵੀ ਉਹਦੀ ਫਿਕਸ ਹੋ ਚੁੱਕੀ ਹੈ। ਮਤਲਬ ਜਦੋਂ ਪ੍ਰੋਜੈਕਟ ਸ਼ੁਰੂ ਹੋਊਗਾ ਉਦੋਂ ਉਸ ਅਕੋਰਡਿੰਗ ਹੀ ਉਹਦਾ ਲਿੰਗ ਉਹ ਸੀਵਰ ਹੋਊਗੀ। ਕਿੰਨੇ ਟਾਈਮ ਤੱਕ ਤੁਹਾਨੂੰ ਲੱਗਦਾ ਸਮੱਸਿਆ ਦਾ ਹੱਲ ਹੋ ਸਕਦਾ? ਦੇਖੋ, ਜੇ ਆਪਾਂ ਡਿਪੈਂਡ ਕਰੀਏ ਅੰਮ੍ਰਿਤ ਦੇ ਥਰੂ ਹੀ, ਜੇ ਆਪਾਂ ਕੰਮ ਹੋਣਾ ਆ ਜਿਹੜਾ ਹੋਪਫੁਲੀ 99% ਲੱਗ ਰਿਹਾ ਅੰਮ੍ਰਿਤ ਥਰੂ ਹੀ ਹੋਊਗਾ, ਤਾਂ ਇਹਨੂੰ ਘੱਟੋ ਘੱਟ ਜੇ ਸਪੀਡ ਅਪ ਵੀ ਹੋਈਏ ਤਾਂ ਵੀ 6 ਮਹੀਨੇ ਲੱਗ ਜਾਣਗੇ। ਪਾਣੀ ਦੀ ਨਿਕਾਸੀ ਫਿਰ ਲੋਕ ਕਿੱਧਰ ਕਰਨ, ਤੁਹਾਨੂੰ ਲੱਗਦਾ ਹੈ? ਅਸੀਂ ਤਾਂ ਇਸੇ ਕਰਕੇ ਅਸੀਂ ਕਮੇਟੀ ਨੂੰ ਵੀ ਭੇਜਿਆ ਹੋਇਆ ਸੀਗਾ ਵੀ ਸਾਨੂੰ ਫੰਡਿੰਗ ਆ ਜਾਏ। ਅਸਲ 'ਚ ਕੀ ਸਾਡੇ ਕੋਲ ਫੰਡਿੰਗ ਨਹੀਂ ਹੈ ਜੀ। ਹੁਣ ਸਰਕਾਰ ਇਹਦੀ ਸਰਕਾਰ ਇੱਕ ਵੱਡੇ ਸਾਰੇ ਕੋਈ ਪ੍ਰੋਜੈਕਟ ਆਉਂਦਾ, ਉਹਦੇ ਅਕੋਰਡਿੰਗ ਫਿਰ ਪਾਈਪਾਂ ਨਵਾਂ ਕਨੈਕਸ਼ਨ ਪੈਂਦਾ ਜਾਂ ਨਵੀਂ ਪਾਈਪਾਂ ਪੈਂਦੀਆਂ, ਤਾਂ ਸਾਡੇ ਕੋਲ ਹੋਰ ਕੋਈ ਫੰਡ ਹੈ ਨਹੀਂ ਸੋਰਸ ਜੀ। ਗੱਲ ਹੋਇਆ ਜੀ, ਬਾਕੀ ਜੇ ਉੱਥੇ ਕੋਈ ਜੇ ਸਫਾਈ ਜਿਹੜੀ ਆਲਰੇਡੀ ਲੇਟ ਐਗਜਿਸਟਿੰਗ ਹੈ ਉਹਦੀ ਸਫਾਈ ਕਰਾ ਦਿੰਦੇ ਅਸੀਂ, ਭਾਵੇਂ ਟੈਂਕਰ ਨਾਲ ਕਰਾਈਏ ਭਾਵੇਂ ਅਸੀਂ ਸੋਟੀਆਂ ਮਾਰ ਕੇ, ਜਿਹੜੀ ਸਾਡੇ ਵਸ 'ਚ ਜਿਹੜੀ ਮੇਨਟੇਨੈਂਸ ਹੈ ਉਹ ਅਸੀਂ ਕਰਾ ਰਹੇ ਹਾਂ। ਅਤੇ ਅਸੀਂ ਕਮੇਟੀ ਨੂੰ ਭੇਜਿਆ, ਅਸੀਂ ਦੁਬਾਰਾ ਕਮੇਟੀ ਨਾਲ ਤਾਲਮੇਲ ਕਰਕੇ ਵੇਖ ਲੈਂਦੇ ਹਾਂ, ਜੇ ਛੇਤੀ ਪੈ ਸਕਦਾ ਅਸੀਂ ਛੇਤੀ ਕੋਸ਼ਿਸ਼ ਕਰ ਲੈਂਦੇ।